ਪਰਾਲੀ ਕਿਸਾਨਾਂ ਵਾਸਤੇ ਵੀ ਸਿਰਦਰਦੀ ਆ ਤੇ ਸਰਕਾਰ ਵਾਸਤੇ ਵੀ ਬੀਤੇ ਦਿਨ ਵੀ ਕਿਸਾਨਾਂ ਵੱਲੋਂ ਧਰਨੇ ਲਾਏਗੇ ਨੇ ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਪਰਾਲੀ ਲੈ ਕੇ ਕਿਸਾਨ ਪਹੁੰਚੇ ਤੇ ਆਗੀ ਬੁਲਾਏ ਤੇ ਹੁਣ ਅਫਸਰਾਂ ਦੇ ਨਜਲਾ ਝਾੜਨਾ ਸ਼ੁਰੂ ਕਰ ਦਿੱਤਾ ਜੇਲਾ ਬਠਿੰਡੇ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਇੱਕ ਖੇਤੀਬਾੜੀ ਬਲਾਕ ਅਫਸਰ ਦੇ ਅਧਿਕਾਰੀ ਖਿਲਾਫ ਕਾਰਵਾਈ ਕਰਨ ਵਾਸਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਦਿੱਤੀ ਆ ਡੀਸੀ ਬਠਿੰਡਾ ਨੇ ਖੇਤੀ ਵਿਭਾਗ ਦੇ ਸਕੱਤਰ ਨੂੰ ਸਖਤ ਕਾਰਵਾਈ ਕਰਨ ਲਈ ਲਿਖਿਆ ਮਸਲਾ ਕੀ ਹੈ ਕਿ ਬਠਿੰਡਾ ਦੇ ਬਲਾਕ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਦੇ ਖੇਤ ਵਿੱਚ ਪਰਾਲੀ ਨੂੰ ਲਾਈ ਅੱਗ ਦਾ ਧੂੰਆਂ ਹੁਣ ਸਰਕਾਰ ਤੱਕ ਪਹੁੰਚ ਗਿਆ ਇਸ ਮਾਮਲੇ ਦੇ ਵਿੱਚ ਡਿਪਟੀ ਕਮਿਸ਼ਨਰ ਸ਼ੌਕਤ احمد ਪਰੇ ਨੇ ਖੇਤੀਬਾੜੀ ਵਿਭਾਗ ਦੇ ਸਖਤਰ ਨੂੰ ਪੱਤਰ ਲਿਖੇ ਉਕਤ ਖੇਤੀਬਾੜੀ ਅਫਸਰ ਦੇ ਖਿਲਾਫ ਕਾਰਵਾਈ ਕਰਨ ਲਈ ਆਖ ਦਿੱਤਾ ਜ਼ਿਕਰ ਜੋ ਕਹੇ ਬਠਿੰਡਾ ਦੇ ਸੰਗਤ ਬਲਾਕ ਵਿੱਚ ਪੈਂਦੇ ਪਿੰਡ ਆਨੰਦਗੜ ਦਾ ਵਸਨੀਕ ਬਲਜਿੰਦਰ ਸਿੰਘ ਖੇਤੀਬਾੜੀ ਵਿਭਾਗ ਵਿੱਚ ਬਤੌਰ ਬਲਾਕ ਅਫਸਰ ਤਾਇਨਾਤ ਹੈ ਜਿਸ ਨੇ ਖੇਤਾਂ ਵਿੱਚ ਹੀ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਜਦ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਨੋਟਿਸ ਲੈ ਲਿਆ ਇਸ ਸਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਕਿ ਕਲਸਟਰ ਅਫਸਰ ਅਤੇ ਕਾਨੂੰਨਗਾਨੇ ਇਸ ਮਾਮਲੇ ਦੀ ਜਾਂਚ ਰਿਪੋਰਟ ਕਰਕੇ ਤਿਆਰ ਕੀਤੀ ਹੈ ਜਿਸ ਦੇ ਤਹਿਤ ਉਕਤ ਅਫਸਰ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ ਕਸੂਰਵਾਰ ਪਾਇਆ ਗਿਆ ਹੈ ਐਸ ਡੀ ਐਮ ਬਠਿੰਡਾ ਵੱਲੋਂ ਇਸ ਰਿਪੋਰਟ ਦੀ ਪੁਸ਼ਟੀ ਕਰਨ ਮਗਰੋਂ ਹੁਣ ਖੇਤੀਬਾੜੀ ਬਲਾਕ ਅਫਸਰ ਖਿਲਾਫ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਸਕੱਤਰ ਨੂੰ ਸਖਤ ਵਿਭਾਗੀ ਕਾਰਵਾਈ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ ਨੇ ਚਿੱਠੀ ਲਿਖ ਦਿੱਤੀ ਗਿਆ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਹ ਵੀ ਮੀਡੀਆ ਨੂੰ ਦੱਸਿਆ ਕਿ ਭਾਵੇਂ ਖੇਤੀਬਾੜੀ ਬਲਾਕ ਅਫਸਰ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਉਹਨਾਂ ਦੀ ਸਾਂਝੀ ਜ਼ਮੀਨ 'ਤੇ ਇਹ ਅੱਗ ਉਸਦੇ ਭਰਾ ਵੱਲੋਂ ਲਾਈ ਗਈ ਹੈ ਉਸ ਦਾ ਅਦਾਲਤ ਵਿੱਚ ਆਪਣੇ ਭਰਾ ਦੇ ਨਾਲ ਝਗੜਾ ਚੱਲਦਾ ਹੈ डीसी ਨੇ ਕਹਿ ਕੇ ਇਸ ਤਰਕ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਕਿਉਂਕਿ ਖੇਤੀਬਾੜੀ ਦੇ ਅਧਿਕਾਰੀ ਆਪਣੇ ਹਿੱਸੇ ਦੀ ਜ਼ਮੀਨ ਤੋਂ ਅੱਗ ਲਗਾਉਣ ਤੋਂ ਰੋਕ ਸਕਦਾ ਸੀ ਹੁਣ ਸਵਾਲ ਹੈ ਕਿ ਸਰਕਾਰ ਵੱਲੋਂ ਪਹਿਲਾਂ ਹੀ ਸਖਤ ਹਦਾਇਤਾਂ ਕਿ ਅਗਰ ਕਿਸੇ ਨੰਬਰਦਾਰ ਨੇ ਆਪਣੇ ਖੇਤਾਂ ਵਿੱਚ ਅੱਗ ਲਾਈ ਤੇ ਉਹਦੀ ਨੰਬਰਦਾਰੀ ਮੁੱਤਲ ਕੀਤੀ ਜਾਊਗੀ ਜਿਵੇਂ ਜਲੰਧਰ ਤੇ ਮੋਗਾ ਦੇ ਵਿੱਚ ਦੋ ਨੰਬਰਦਾਰ ਮੁੱਤਲ ਕੀਤੇ ਜਾ ਚੁੱਕੇ ਨੇ ਅਗਰ ਕੋਈ ਸਰਪੰਚ ਪੰਚ ਆਪਣੇ ਖੇਤਾਂ ਦੇ ਵਿੱਚ ਅੱਗ ਲਾਉਂਦਾ ਤੇ ਉਹਦੀ ਸਰਪੰਚੀ ਤੇ ਪੰਚੀ ਖਤਰੇ ਦੇ ਪੈ ਜਾਏਗੀ ਤੇ ਅਗਰ ਕੋਈ ਸਰਕਾਰੀ ਅਧਿਕਾਰੀ ਕਿਸੇ ਵੀ ਰੈਂਕ ਦਾ ਹੋਵੇ ਚਾਏ ਉਹ ਦਰਜਾ 4 ਹੋਵੇ ਚਾਏ ক্লাস 1 ਅਫਸਰ ਹੋਵੇ ਅਗਰ ਉਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਪ੍ਰਾਣੀ ਨੂੰ ਅੱਗ ਲਾਈ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਊਗੀ ਤੇ ਜਿਸ ਦੇ ਚੱਲਦਿਆਂ ਨੂੰ ਪਹਿਲਾ ਮਾਮਲਾ ਹੈ ਕਿ ਇੱਕ ਵੱਡੇ ਅਧਿਕਾਰੀ ਖੇਤੀਬਾੜੀ ਬਲਾਕ ਅਫਸਰ ਦੇ ਖਿਲਾਫ ਵੀ ਹੁਣ ਸਰਕਾਰ ਨੂੰ ਚਿੱਠੀ ਲਿ ਉਹ ਉਹ ਪਾਗੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੀ ਪੂਰੇ ਸਖਤ ਨੇ ਉਹਨੇ ਕਿਹਾ ਕਿ ਨਹੀਂ ਪੰਜਾਬੀਓ ਤੁਸੀਂ ਕਿਹੜੇ ਰਾਹ ਫੜ ਲਿਆ ਗਿਆ ਖੁਦ ਤੁਸੀਂ ਅਫਸਰਾਂ ਨੂੰ ਖਰਾਸਤ ਦੇ ਵਿੱਚ ਲੈ ਕੇ ਉਹਨਾਂ ਕੋ ਅੱਗ ਲਗਵਾ ਰਹੇ ਜਦ ਕਿ ਸਰਕਾਰ ਚਾਹੁੰਦੀ ਹੈ ਕਿ ਇਸ ਜਿਹੜਾ ਪਰਾਲੀ ਨੂੰ ਅੱਗ ਨਾਲ ਲਈ ਜਾਵੇ ਸਰਕਾਰ ਦਾ ਸਹਿਯੋਗ ਦਿੱਤਾ ਜਾਵੇ ਲੇਕਿਨ ਹੁਣ ਉਸ ਅਫਸਰ ਦੇ ਖਿਲਾਫ ਵੀ ਸਰਕਾਰ ਨੇ ਕਾਰਵਾਈ ਕਰਨ ਲਈ ਚਿੱਠੀ ਲਿਖ ਦਿੱਤੀ ਹੈ ਜਿਨੇ ਆਪਣੇ ਖੇਤਾਂ ਵਿੱਚ ਅੱਗ ਲਈ ਹਾਲਾਂਕਿ ਉਹਨੇ ਤਰਕ ਦਿੱਤਾ ਕਿ ਜ਼ਮੀਨ ਦੇ ਦੋ ਪਰਾਵਾਂ ਦੀ ਸੀ ਪਰਾਣਾ ਝਗੜਾ ਚੱਲਦਾ ਸੀ ਤੇ ਉਹਨੇ ਆਪਣੇ ਖੇਤਾਂ ਵਿੱਚ ਲਈ ਲੇਕਿਨ ਉਹਦੀ ਜਿਹੜੀ ਦਲੀਲ ਉਹ ਸਵੀਕਾਰ ਨਹੀਂ ਕੀਤੀ ਹੈਗੀ ਔਰ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਲਗਾਤਾਰ ਕਹਿ ਰਹੇ ਕਿ ਸਰਕਾਰ ਤੱਕਾ ਕਰੇ ਲੇਕਿਨ ਸਵਾਲ ਹੈ ਤੇ ਜੇ ਕਿਸਾਨਾਂ ਦੇ ਖਿਲਾਫ ਮੁਕਦਮੇ ਦਰਜ ਹੋ ਰਹੇ ਇਹ ਤੇ ਪੀਰ ਜੀ ਅਫਸਰ ਦੇ ਖਿਲਾਫ ਮੁਕਦਮੇ ਦਰਜ ਕਰਕੇ ਸਰਕਾਰ ਇਹ ਜਿਹਾ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਗਰ ਜਿੰਨੇ ਵੀ ਪ੍ਰਾਲੀ ਨੂੰ ਅੱਗ ਲਾਈ ਚਾਹੇ ਉਹ ਕਿਸਾਨ ਚਾਹੇ ਉਹ ਅਫਸਰ ਨੇ ਜਿੰਨੇ ਵੀ ਇਸ ਵਾਤਾਵਰਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਫਿਰ ਬਰਾਬਰ ਦੇ ਦੋਸ਼ੀ ਨੇ ਹੁਣ ਦੇਖਦੇ ਆ ਕਿ ਖੇਤੀਬਾੜੀ ਵਿਭਾਗ ਆਪਣੇ ਇਸ ਖੇਤੀਬਾੜੀ ਵੋ ਬਲਾਕ ਅਫਸਰ ਦੇ ਖਿਲਾਫ ਕਿਹੋ ਜੀ ਕਾਰਵਾਈ ਕਰਦੇ ਵਿਭਾਗੀ ਕਾਰਵਾਈ ਚ ਕੀ ਉਹਨੂੰ ਮੁਅਤਲ ਕੀਤਾ ਜਾ ਸਕਦਾ ਜਾਂ ਫਿਰ ਉਹਦੀ ਇਨਕਰੀਮੈਂਟ ਰੋਕੀ ਜਾ ਸਕਦੀ ਜਾਂ ਉਹਦਾ ਫਿਰ ਤਬਾਦਲਾ ਕੀਤਾ ਜਾ ਸਕਦਾ ਜਾਂ ਫਿਰ ਉਹਨੂੰ ਮੁਅਤਲ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਕਿਨ ਫਲਾਟ ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਵਿਭਾਗ ਦੇ ਸਕੱਤਰ ਨੂੰ ਚਿੱਠੀ ਲਿਖ ਦਿੱਤੀ ਗਿਆ ਕਿ ਖੇਤੀਬਾੜੀ ਖੇਤੀਬਾੜੀ ਬਲਾਕ ਅਫਸਰ ਜਿਹੜੇ ਨੇ ਬਠਿੰਡਾ ਦੇ ਜਿਨ੍ਹਾਂ ਦਾ ਨਾਮ ਬਲਜਿੰਦਰ ਸਿੰਘਾ ਬਲਜਿੰਦਰ ਸਿੰਘ ਹੋਣਾ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਆਪਣੇ ਖੇਤਾਂ ਵਿੱਚ ਪ੍ਰਾਲੀ ਨੂੰ ਅਗਲਾ ਹੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਦੇਖਦੇ ਆ ਕਿ ਖੇਤੀਬਾੜੀ ਅਫਸਰ ਦੇ ਖਿਲਾਫ ਕਿਹੋ ਜੀ ਕਾਰਵਾਈ ਹੁੰਦੀ ਆ ਫਿਲਹਾਲ ਸਾਨੂੰ ਦੀਆਂ ਅਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ